ਨਹੀਂ ਨਹੀਂ ਤੂੰ ਹੋਰ ਸਵਾਲ ਕਰੋ ਯਾਰ ਕੋਈ ਤੂੰ ਠੇਕਾ ਲਿਆ ਸਾਰੇ ਸਵਾਲਾਂ ਦਾ ਹਾਂ ਫਿਰ ਕੀ ਗੱਲ ਬਣੀ आम आदमी पार्टी दे नेता ते संगरूर तो सांसद भगवंत मान दे वलो चंडीगढ़ दे विच पत्रकारां दे नाल बदसलूकी कीती गई सी। हां फिर की गल बनी? इस बदसलूकी तो बाद हुन पत्रकार भाईचारे दे विच भगवंत मान दे खिलाफ गुस्सा है। ਸੁਰੀਰੇ ਵਿੱਚ ਪੱਤਰਕਾਰਾਂ ਨੇ ਭਗਵੰਤ ਮਾਨ ਦਾ ਪੁਤਲਾ ਫੂਕਿਆ ਅਤੇ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਤੇ ਪੱਤਰਕਾਰ ਭਾਈਚਾਰੇ ਦਾ ਕਹਿਣਾ ਸੀ ਕਿ ਭਗਵੰਤ ਮਾਨ ਨੂੰ ਆਪਣੇ ਕੀਤੇ ਤੇ ਮਾਫੀ ਮੰਗਣੀ ਚਾਹੀਦੀ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਸ ਦਾ ਖਾਮਿਆਜ਼ਾ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ। ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੱਲ 39 ਸੈਕਟਰ ਚੰਡੀਗੜ੍ਹ ਦੇ ਵਿੱਚ ਇੱਕ ਪੱਤਰਕਾਰਾਂ ਦੀ ਮੀਟਿੰਗ ਹੋ ਰਹੀ ਸੀ ਭਗਵੰਤ ਮਾਨ ਨਾਲ। ਇੱਕ ਪੱਤਰਕਾਰ ਨੇ ਵਾਰ-ਵਾਰ ਭਗਵੰਤ ਮਾਨ ਨੂੰ ਸਵਾਲ ਕੀਤੇ ਜਿਸ ਦੇ ਤਹਿਤ 'ਚ ਆ ਕੇ ਭਗਵੰਤ ਮਾਨ ਨੇ ਪੱਤਰਕਾਰ ਨਾਲ ਜਿੱਥੇ ਦੁਰਵਿਵਹਾਰ ਕੀਤਾ ਉੱਥੇ ਆਪਣਾ ਇਸ ਤਰੀਕੇ ਨਾਲ ਗੁੱਸਾ ਜ਼ਾਹਰ ਕੀਤਾ ਜਿਵੇਂ ਕਿਸੇ ਕੁਛ ਨੇ ਕੋਈ ਗੁਨਾਹ ਕੀਤਾ ਹੋਵੇ। ਸਾਡਾ ਫਰਜ਼ ਹੈ ਸਵਾਲ ਪੁੱਛਣਾ, ਉਹਨਾਂ ਦਾ ਫਰਜ਼ ਹੈ ਸਵਾਲ ਦਾ ਜਵਾਬ ਦੇਣਾ। ਉਹ MP ਹੋਣ ਦੇ ਨਾਤੇ ਉਹਨੂੰ ਜਿਸ ਤਰ੍ਹਾਂ ਦੀ ਉਹ ਸ਼ਬਦਾਵਲੀ ਵਰਤਦਾ ਉਹ ਤਰ੍ਹਾਂ ਤਰ੍ਹਾਂ ਦੇ ਉਹਦੇ ਦੋਸ਼ ਲੱਗਦੇ ਨੇ। ਅਸੀਂ ਤਾਂ ਇਹ ਬਰਦਾਸ਼ਤ ਨਾ ਕਰੀਏ ਨਾ ਅਸੀਂ ਕਰਨ ਦਈਏ ਕਿਸੇ ਨੂੰ। ਜੇ ਸਾਡਾ ਪੱਤਰਕਾਰ 'ਚ ਕੋਈ ਗਲਤ ਹੋਇਆ ਤਾਂ ਅਸੀਂ ਉਹਦੇ ਮੰਨਣ ਯੋਗ ਹੈ, ਪਰ ਹੁਣ ਜੋ ਭਗਵੰਤ ਮਾਨ ਨੇ ਕੀਤਾ ਹੈ ਜ਼ਿਆਦਾ ਮਾਫ਼ੀ ਮੰਗੇ ਪੂਰੇ ਪੱਤਰਕਾਰ ਸਮਾਜ ਤੋਂ, ਨਹੀਂ ਤਾਂ ਇਹ ਜਿਹੜਾ ਸੰਘਰਸ਼ ਅੱਜ ਛੋਟਾ ਹੋਇਆ ਕੱਲ੍ਹ ਨੂੰ ਅਸੀਂ ਰੋਡ ਜਾਮ ਕਰਾਂਗੇ। ਅਸੀਂ ਸਪਸ਼ਟ ਸ਼ਬਦਾਂ 'ਚ ਕਹਿੰਦੇ ਹਾਂ ਅਸੀਂ ਆਪਣੇ ਨਾਲ ਕਿਸੇ ਪੱਤਰਕਾਰ ਨਾਲ ਬਦਤਮੀਜ਼ ਬਰਦਾਸ਼ਤ ਨਹੀਂ ਕਰਾਂਗੇ। ਭਗਵੰਤ ਮਾਨ ਨੇ ਪੱਤਰਕਾਰਾਂ ਦੇ ਖਿਲਾਫ਼ ਜਿਹੜੀ ਅਤਿ ਨਿੰਦਨ ਸ਼ਬਦਾਵਲੀ ਵਰਤੀ ਹੈ ਉਹਦਾ ਅਸੀਂ ਸਾਰੇ ਪੱਤਰਕਾਰ ਸਮਾਜ ਵੱਲੋਂ ਪੱਤਰਕਾਰ ਭਾਈਚਾਰੇ ਵੱਲੋਂ ਵਿਰੋਧ ਕਰਦੇ ਹਾਂ। ਦੂਜੀ ਗੱਲ, ਭਗਵੰਤ ਮਾਨ ਇੱਕ ਕਮੇਡੀਅਨ ਹੈ, ਮੈਨੂੰ ਨਹੀਂ ਲੱਗਦਾ ਵੀ ਉਹ ਇੱਕ ਸਫਲ ਸਿਆਸਤਦਾਨ ਹੈ। ਜੋ ਇੱਕ ਆਪਣੇ ਆਪ ਨੂੰ ਸਫਲ ਸਿਆਸਤਦਾਨ ਸਮਝਦਾ ਹੋਵੇ ਤਾਂ ਉਹ ਇੱਦਾਂ ਦੀਆਂ ਬੇਤੁੱਕੀਆਂ ਹਰਕਤਾਂ ਉਹ ਸਮਾਜ ਨਾਲ ਨਾ ਕਰੇ ਜਿਹਨੂੰ ਅਸੀਂ ਚੌਥਾ ਸਤੰਭ ਕਹਿੰਦੇ ਹਾਂ। ਮੈਨੂੰ ਲੱਗਦਾ ਵੀ ਉਹ ਇੱਕ ਕਮੇਡੀਅਨ ਹੈ, ਚੁਟਕਲੇਬਾਜ਼ ਬੰਦਾ ਹੈ, ਉਹਨੂੰ ਇੰਨੀ ਅਕਲ ਹੀ ਨਹੀਂ ਵੀ ਇਸ ਸਮਾਜ ਨਾਲ ਗੱਲ ਕਿਵੇਂ ਕਰੀਦੀ ਹੈ। ਅਤੇ ਅਸੀਂ ਅੱਜ ਮੀਡੀਆ ਦੇ ਜ਼ਰੀਏ ਉਹਨੂੰ ਇਹ ਸੁਨੇਹਾ ਲਾਉਣਾ ਚਾਹੁੰਦੇ ਹਾਂ ਵੀ ਜਾਂ ਤਾਂ ਆਪਣੀਆਂ ਬਦਤਮੀਜ਼ੀਆਂ ਸੁਧਾਰ ਲਏ, ਨਹੀਂ ਫਿਰ ਪੱਤਰਕਾਰ ਸਮਾਜ ਉਹਦਾ ਪੂਰੇ ਪੰਜਾਬ ਵਿੱਚ ਕੀ ਪੂਰੇ ਭਾਰਤ ਵਿੱਚ ਅਸੀਂ ਉਹਦਾ ਬਾਈਕਾਟ ਵੀ ਕਰਾਂਗੇ, ਉਹਦੀ ਕਵਰੇਜ ਦਾ ਵੀ ਬਾਈਕਾਟ ਕਰਾਂਗੇ। ਅਤੇ ਆਉਣ ਵਾਲੀਆਂ ਇਲੈਕਸ਼ਨਾਂ 'ਚ ਜੇ ਕਿਤੇ ਉਹ ਸੰਗਰੂਰ ਤੋਂ ਸੋਚਦਾ ਹੋਊਗਾ ਵੀ ਮੈਂ ਕਿਤੇ ਸੀਟ ਲੜ ਲੂੰਗਾ ਤਾਂ ਉਹ ਭੁਲੇਖਾ ਦਿਮਾਗ 'ਚੋਂ ਕੱਢ ਦੇ, ਅਸੀਂ ਉਹਦਾ ਪੂਰਨ ਤੌਰ 'ਤੇ ਵਿਰੋਧ ਕਰਾਂਗੇ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇੱਕ ਪੱਤਰਕਾਰ ਦੇ ਵੱਲੋਂ ਪੁੱਛੇ ਗਏ ਕਿਸੇ ਸਵਾਲ ਨੂੰ ਲੈ ਕੇ ਭੜਕ ਗਏ ਸਨ, ਜਿਸ ਨੂੰ ਲੈ ਕੇ ਹੀ ਪੱਤਰਕਾਰ ਭਾਈਚਾਰੇ ਦੇ ਵਿੱਚ ਭਗਵੰਤ ਮਾਨ ਦੇ ਖਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ। ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI। ਹਰ ਸਮੱਸਿਆ ਦਾ ਗਾਰੰਟੀ ਨਾਲ ਘਰ ਬੈਠੇ ਸਮਾਧਾਨ ਕਰਾਓ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ। ਮਨ ਚਾਹੇ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਮਨ ਪਸੰਦ ਪ੍ਰੇਮ ਵਿਵਾਹ, ਵਿਛੜਿਆ ਪਿਆਰ ਪਾਣਾ ਹੋਵੇ, ਕਾਰੋਬਾਰ, ਨੌਕਰੀ ਵਿੱਚ ਪਰੇਸ਼ਾਨੀ, ਸਰੀਰਿਕ ਕਸ਼ਟ, ਬਿਮਾਰੀ ਵਿੱਚ ਦਵਾ ਦਾ ਨਾ ਲੱਗਣਾ, ਬੱਚਿਆਂ ਦਾ ਕਹਿਣ ਤੋਂ ਬਾਗ ਹੋਣਾ, ਪੜ੍ਹਾਈ ਵਿੱਚ ਮਨ ਨਾ ਲੱਗਣਾ, ਵਿਦੇਸ਼ 'ਚ ਪੱਕੇ ਹੋਣ ਲਈ PR ਲਈ ਫੋਨ ਕਰੋ। ਸਪੈਸ਼ਲਿਸਟ ਲੋਟਰੀ ਨੰਬਰ ਧਨਵਾਨ ਬਣੋ। ਪਤੀ ਪਤਨੀ ਵਿੱਚ ਅਨਬਨ, ਸੱਸ ਬਹੂ ਵਿੱਚ ਕਲੇਸ਼, 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ, ਲੱਖਾਂ ਲੋਕ ਇਸ ਦਾ ਲਾਭ ਲੈ ਚੁੱਕੇ ਨੇ। ਚਾਰੋ ਪਾਸੋਂ ਨਿਰਾਸ਼ ਵਿਅਕਤੀ ਇੱਕ ਵਾਰ ਫੋਨ ਜ਼ਰੂਰ ਕਰਨ। ਵਰਲਡ ਫੇਮਸ ਐਸਟ੍ਰੋਲੋਜਰ ਪੰਡਿਤ ਸ਼੍ਰੀ ਕਾਂਤ ਜੀ, ਕਾਲ ਕਰਨ ਦੇ ਲਈ ਅੱਜ ਹੀ ਡਾਇਲ ਕਰੋ +1416904996 ਤੇ।